ਲੋ ਬਾਈ ਚੱਲ ਪਿਆ ਕਹਿੰਦੇ ਉਹੀ ਟਾਈਮ ਮੋਟਰ ਪਰਾ ਕੇ ਜੀ ਲੱਗਣ ਵਾਲਾ ਕੰਮ ਅਤੇ ਕੁੱਕੜੀਆਂ ਲੱਗ ਗਈਆਂ ਭੁੰਨ ਹੁਣ ਇੱਧਰ ਪਾਪਾ ਜੀ ਬੈਠੇ ਆ ਪਹਿਲਾਂ ਭੁੰਨ ਹੋ ਲੀਆਂ ਆ ਦੇਖੋ ਬੁਲਾਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਚੱਲਦਾ ਕੰਮ ਹੋਰ ਅਤੇ ਬਾਈ ਇੱਧਰ ਬੰਦਾ ਦੇਖਿਓ ਮੂੰਹ ਦਿਖਾ ਬਈ ਕਿੰਨਵੀਂ ਕੁੱਕੜੀ ਹੈ ਇਹ ਥ੍ਰੀ ਅਤੇ ਕੁੱਕੜੀ ਬਾਈ ਇਹਦੇ ਲੱਗ ਗਈ ਹੁਣ ਮੂੰਹ ਹਾਂ ਠੀਕ ਆ ਅਤੇ ਉੱਧਰ ਰਾਜੂ ਬਾਈ ਨੇ ਬਾਈ ਕੁੱਕੜੀ ਖਾ ਕੇ ਪਾਣੀ ਵੀ ਪੀ ਲਿਆ ਥੋੜ੍ਹੀ ਜਿਹੀ ਕਸਰ ਰਹਿ ਗਈ ਇਹਨਾਂ ਕੁੱਕੜੀਆਂ 'ਚ ਥੋੜ੍ਹੀ ਜਿਹੀ ਕੱਚੀ ਯਾਰ ਇਹ ਮੱਕੀ ਦੇਖਣ ਨੂੰ ਕੁੱਕੜੀ ਲੱਗਦੀ ਤੀ ਪੱਕੀ ਹੈ ਤੁਸੀਂ ਕਾਲੀ ਜਿਹੀ ਤੋੜ ਕੇ ਲਿਆਏ ਨਾ ਕਾਲੀ 'ਚ ਨਹੀਂ ਹੈ ਦੇਖ ਕੇ ਵਿੱਚ ਵੜ ਕੇ ਲਿਆਇਆ ਮੈਂ ਚੰਗੀ ਤਰ੍ਹਾਂ ਖੋਲ ਕੇ ਦੇਖਣੀ ਪੈਂਦੀ ਮੱਕੀ ਇਹਨਾਂ ਦੇ ਨੂੰ ਜਾ ਕੇ ਪਹਿਲਾਂ ਦਿਖਾਈਆਂ ਨੇ ਪਤਾ ਲੱਗ ਜਾਂਦਾ ਆਦੇ ਹੁਣ ਅਸੀਂ ਬਗੈਰ ਫੁੱਲ ਦੀ ਲਿਆਂਦੀ ਸਾਨੂੰ ਬਗੈਰ ਫੁੱਲ ਦੀ ਤੁਸੀਂ ਲਿਆਂਦੀ ਇੱਕ ਨਾ ਕੱਚੀ ਨਿਕਲ ਜਾਂਦੀ ਅੱਜ ਹੀ ਆਪਾਂ ਦੇਖ ਲੈਂਦੇ ਪਰ ਕਾਲੀ ਹੋਈ ਵੀ ਥੋੜ੍ਹੀ ਜਿਹੀ ਕੱਚੇ ਰੂਪ ਪਰ ਹੈ ਨਾ ਕੱਚੇ ਰੂਪ ਪਰ ਹੈ ਜੇ ਹਲ ਹੁਣ ਹੈ ਛਾਂਟ ਕੇ ਲਿਆਉਣੇ ਵਾਲਾ ਕੰਮ ਜੇ 10 ਦਿਨ ਉਦੋਂ ਲਿਆਉਂਦਾ ਫਿਰ ਜਿਹੜੀ ਮਾਰੀ ਤੋੜ ਲਿਆ ਉੱਧਰ ਵੀ ਲੈ ਵਾਟਰ ਕੂਲਰ ਦਾ ਹੋ ਜਾਣਾ ਕਹਿ ਦੋ ਜੀ ਆਦੇ ਕੁੱਕੜੀਓ ਪੀਓ ਲੈ ਪਾਣੀ 'ਚ ਚੱਲ ਲੈ ਬਾਈ ਇਹ ਮੌਜ ਮਸਤੀ ਵਾਲਾ ਇਹ ਦਿੱਲੀ ਨੂੰ ਉਡੀਕਦਾ ਇਹ ਦਿੱਲੀ ਕਾਲੀ ਖਾਣੀ ਬੈਠ ਕੇ ਹਾਂ ਕਹਿੰਦਾ ਬਸ ਸੌਣ ਰੱਖਿਆ ਜਾ ਅੱਗ ਹੋਰ ਪਾ ਲੈਂਦੇ ਲੋ ਬਾਈ ਹੁਣ ਤਾਂ ਕੋਲੇ ਜੇ ਬਣ ਗਏ ਹੈਣਾ ਕੋਲੇ ਕੁੱਕੜੇ ਕੋਲੇ ਵਾਲੀ ਵਧੀਆ ਲੱਗਦੀ ਹੈ ਹੈਂ ਕੋਲੇ ਵਾਲੀ ਵਧੀਆ ਲੱਗਦੀ ਜਿਹੜੀ ਅੱਗ ਪਰ ਹੁੰਦੀ ਹੈ ਵਧੀਆ ਧੁਆਂ ਹੋ ਜਾਂਦੀ ਹਾਂ ਉਹਦਾ ਸਵਾਦ ਬਦਲ ਜਾਂਦਾ ਇਹਦੀ ਕਿਸਮਤ 'ਚ ਤੀ ਹੈ ਘਰ ਰਹਿੰਦਾ ਰਹਿੰਦਾ ਆ ਗਿਆ ਉਹਨਾਂ ਨੂੰ ਲੋ ਬਾਈ ਮੌਸਮ ਵੀ ਹੁਣ ਧੁੱਪ ਪੂਰੀ ਅਤੇ ਮੋਟਰ ਪਰ ਛਾਵਾਂ ਠੀਕ ਹੈ ਹਵਾ ਵੀ ਜਿੱਧਰ ਦੀ ਮਰਜ਼ੀ ਆਵੇ ਲੱਗਦੀ ਉਰੇ ਹਵਾ ਠੰਡੀ ਹੋ ਲੱਗਦੀ ਹੈ ਜੇ ਹੋਵੇ ਜਿੱਤਮ ਜਿੱਤੀ ਛਾਵਾਂ ਧੁੱਪਾਂ ਦੇ ਵਿੱਚ ਫੇਰ ਹਵਾ ਗਰਮੀ ਲੱਗਦੀ ਇਹ ਤਾਂ ਗੂੜੀ ਆ ਨਾ ਜਾਂ ਗੂੜੀ ਛਾਵਾਂ ਜਾਮਣ ਕਰਕੇ ਤੇ ਜਾਮਣ ਦੋ ਹੀ ਇਕੱਠੇ ਜੁੜੇ ਮੇਰੇ ਉੱਪਰ ਦੋਵੇਂ ਜਾਮਣਾਂ ਦੀਆਂ ਛਾਵਾਂ ਹੋਰ ਦਰੱਖਤਾਂ ਦੀ ਹੈਗੀਆਂ ਨਹੀਂ ਉਹਨਾਂ ਪੱਤੇ ਘੱਟ ਹਨ ਅੰਬਾਂ ਪਰ ਅੰਬਾਂ ਦੀ ਛਾਵਾਂ ਘੱਟ ਅੰਬਾਂ ਦਾ ਹੁਣ ਆਲੇ ਦੁਆਲੇ ਛਾਵਾਂ ਇੱਕ ਉਹ ਦੋ ਪਿਛਲੇ ਵੀ ਅੰਬ ਜੁੜੇ ਪਈ ਬਾਈ ਉਹ ਜੁੜੇ ਪਈ ਉਹ ਬਾਈ ਪਿਛਲੇ ਅੰਬ ਹਾਂ ਬਈ ਮੂੰਹ ਧੋ ਲਈ ਖਾ ਕੇ ਹੁਣ ਠੀਕ ਹੈ ਖਾ ਲਾ ਸਵਾਰ ਕੇ ਖਾ ਲਾ ਨਵੇੜ ਦੇ ਇਹਨੂੰ ਚੰਗੀ ਤਰ੍ਹਾਂ ਫਾਂਟ ਪੱਧਰ 'ਤੇ ਰੱਖ ਹੈ ਪੱਧਰ 'ਤੇ ਫਾਂਟ ਰੱਖ ਠੀਕ ਹੈ ਜੀ ਹੈ ਨਾ ਸਹੀ ਡੰਡੇ ਲਾ ਲਾ ਚਾਚੇ ਥੋੜ੍ਹੇ ਜਿਹੇ ਫੜਾ ਡੰਡੇ ਮੁੰਡੇ ਜਿਹੇ ਕੋਲ ਜਾ ਕੇ ਚੱਲ ਫੜਵਾ ਲਈ ਉਹਦੇ ਡੰਡੇ ਉਹਨੇ ਅੱਗੇ ਤੇ ਆਪਾਂ ਕੋਈ ਨਾ ਕੋਈ ਕੋਲਾ ਛੇੜ ਦੇਣਾ ਬਸ ਸਿੱਕੇ ਹੁਣ ਉਹਨਾਂ ਦਾ ਲੋ ਬਾਈ ਚੱਲ ਰਿਹਾ ਕੰਮ ਲੋ ਬਾਈ ਚੱਲ ਰਹੇ ਮਾਰੋ ਮਾਰ ਕੰਮ ਪਨੀਰੀਆਂ ਬੀਜਣ ਦੇ ਉੱਧਰ ਉਹ ਰਾਜੂ ਬਾਈ ਨੇ ਵੀ ਖੇਤ ਵਾਹਤਾ ਅਤੇ ਪਨੀਰੀ ਬੀਜਤੀ ਅਤੇ ਇੱਧਰ ਵੀ ਬਾਈ ਗੇੜਾ ਦੇ ਰਿਹਾ ਪਨੀਰੀ ਦੇ ਉੱਪਰ ਦੀ ਪਨੀਰੀ ਦਾ ਜੰਮ ਵਧੀਆ
ਪਾਣੀ ਛੱਡਤਾ ਉਹ ਦੇਖੋ, ਚਲੋ ਸੁਬਹਾ ਸੁਬਹਾ ਹੀ ਪਾਣੀ ਚਾਹੀਦਾ। ਆਹ ਦੇਖੋ ਬਾਈ, ਠੀਕ ਆ, ਕੰਮ ਓਕੇ ਆ, ਹੈ ਨਾ। ਅਤੇ ਬਾਕੀ ਉੱਧਰ ਨੇਤਰ ਬਾਈ ਨਹੀਂ ਲੱਗੇ ਹੋਏ ਆ, ਸਾਰੇ ਮਾਰੋ ਮਾਰ ਕੰਮ। ਇੱਧਰ ਬਾਈ ਸ਼ੰਖ ਵਾਲਾ ਬਾਬਾ ਵੀ ਆ ਗਿਆ, ਉੱਧਰੋਂ ਸਾਰੇ। ਲਓ ਬਾਈ ਇੱਧਰ ਮਿਲੋ, ਠੀਕ ਆ ਬਾਈ, ਓਕੇ ਆ, ਹੈ ਨਾ। ਦਸ ਕੁ ਵਜੇ ਪਾਣੀ ਕੱਢ ਦੀ ਇਹਦਾ, ਕਰਦੇ ਆ ਤੋਤੇ ਬਹੁਤ ਬੈਠਦੇ, ਪਤਾ ਨੀ ਕਿਆ ਗੱਲ ਹੈ। ਹਾਂ ਉੱਧਰ ਲੱਗ ਗਿਆ ਬਾਈ ਲਾਲਪ੍ਰੀਤ ਪਨੀਰੀ ਵਾਲਾ ਤਿਆਰ ਕਰਨ ਖੇਤ। ਚੱਲਦਾ ਗਾ ਬੜੇ ਗੇਰ 'ਚ, ਇੱਧਰ ਆ ਗਿਆ ਬਾਈ ਜੱਗਾ। ਪਨੀਰੀ ਤਿਆਰ ਕਰ ਦੇਣੀ ਇਹਨਾਂ ਨੇ ਤਾਂ, ਕਿੰਨੇ ਦਿਨ ਹੋ ਗਏ ਬੀਜੀ ਨੂੰ, ਦੇਖ ਲਈ। ਆਹ ਦੇਖ ਲੈ ਪੂਰਾ ਜ਼ੋਰ ਤੇ ਚੱਲ ਰਿਹਾ ਟਰੈਕਟਰ, ਹੁਣ ਪਤਾ ਨੀ ਕਿੰਨੀ ਕੁ ਗੇਲਾ ਪਾਉਣਾ। ਜਗੇ ਪਨੀਰੀ ਤੇਰੇ ਵਾਲੀ ਹਰਿਆਈ ਪੂਰੀ ਮਾਰਦੀ ਹਨਾ, ਹਨਾ। ਅਸੀਂ ਵੀ ਕੱਲ੍ਹ ਆਹੀ ਗੱਲ ਕਰਦੇ ਜਾਂਦੇ ਤੇ, ਕੁਦਰਤੀ ਹੁੰਦਾ, ਕਈ ਬੀਜ ਹੁੰਦੇ ਆ ਇਹ ਛੇਤੀ ਹੁੰਦੇ ਆ। ਕਮੈਂਟ ਵੀ ਆਉਂਦੇ ਆ ਬਾਈ ਆਉਂਦੇ ਕਈਆਂ ਦੇ, ਵੀ ਤੁਸੀਂ ਦਸ ਕੁ ਦਿਨ ਪਹਿਲਾਂ ਖੇਤੀ ਕਰ ਗਏ ਵੀ ਇਹ ਉੱਠਦੀ ਬਹੁਤ ਛੇਤੀ ਕਹਿੰਦੇ। ਉਹ ਲਓ ਬਾਈ ਆ ਗਏ ਉੱਧਰ ਚਾਚਾ ਜੀ ਵੀ, ਚੱਲ ਪਿਆ ਜੱਗੇ ਦੋਹਰ ਨੂੰ ਦੇਖ ਲਾ। ਚੱਲ ਖਮਨੀ ਕਿੰਨੀ ਕੁ ਗੇਲਾ ਪਾਉਣਾ ਹਾਲੇ, ਹੈਂ। ਚਲੋ ਰਾਜੂ ਬਾਈ ਵੀ ਉੱਧਰ ਲੱਗਿਆ ਵਾ ਪਾਉਣ ਮਾਸੜ ਬਰਸੀਨ ਵਾਲਾ। ਉਹ ਉੱਪਰ ਇੱਕ ਪੇਚੇ ਵਾਲਾ ਬੈਠਾ ਸਾਜਰੀ ਅੱਜ ਟਾਲ ਨੇ ਸਾਰੇ, ਹੈਂ। ਅੱਜ ਸੰਗਤਾਂ ਸਾਜਰੀ ਘੇਰ ਲਈਆਂ, ਸੁਹਾਗਾ ਦਾ ਚਾਹੀਦਾ, ਉੱਪਰ ਸੁਹਾਗਾ ਦਾ ਚਾਹੀਦਾ। ਗੱਬਿਆਂ ਨੂੰ ਮੈਂ ਕਹਿੰਦਾ ਇੱਕ ਵੱਟ ਖਿੱਚਦੇ ਹੋ। ਹੈਲੋ ਬਾਈ, ਪਨੀਰੀ ਤਾਂ ਜਾਮ ਵਧੀਆ ਨੇ ਕਹਿਦਾ ਵੀ ਬੀਜ ਘੱਟ ਜਮਾਏ, ਗੱਡੀ ਤੂੰ ਹੀ ਕੱਢੀ ਪਊਗੀ, ਤੰਗੜੀ ਨੇ ਸਾਰਿਆਂ ਤੋੜ ਦੇਣੀ। ਇੱਕ ਮੂੰਹ ਜਿਹਾ ਦਿਖਣਾ ਚਾਹੀਦਾ ਦਾਣੇ ਦਾ, ਵੀ ਮੂੰਹ ਨਿਕਲ ਗਿਆ ਜਦੇ ਬੀਜ ਦੋ, ਤੂੰ ਹੀ ਨਾ ਕੱਢੀ ਬਾਬਾ ਮੂੰਹ ਨਿਕਲਿਆ ਵਾ ਨਾ ਜਦੇ ਤੰਗੜੀਆਂ ਕਮਾਲੀ ਰਲਾਈ ਜਾਓ, ਪੈਰ ਚੜੀ ਜਾਓ ਉੱਪਰ, ਇੱਕ ਤਿਰਦਾ ਨੀ ਕਹਿੰਦਾ ਦਾਣਾ ਦੁਨੀਆਂ ਦਾ ਤੁਰੀ ਲਾ ਬਾਈ ਇੱਧਰ ਚੱਲਦਾ। ਲੋਕ ਗੱਲਾਂ ਕਹੀਆਂ ਦੀ ਬਾਈ ਨੇ, ਬਹੁਤ ਵਧੀਆ ਜੰਮੀ ਬਾ, ਠੀਕ ਆ ਜੀ ਆਹ ਉਹ ਇਸ਼ਾਰਾ ਹੋ ਗਿਆ। ਬਲਕੀਸੀ ਬਾਈ ਨੇ ਵੀ ਉੱਕਣਾ ਹੀ ਬੀਜੀ ਤੇ ਖੇਤ ਕੈੜਾ ਥੋੜਾ ਜਿਹਾ ਤਾਂ ਤੰਗੜੀ ਨੀ ਬੀਜੀ ਦੇ, ਥੋੜਾ ਜਿਹਾ ਪੋਲਾ ਜਿਹਾ ਚਾਹੀਦਾ ਲੈ ਭਾਈ, ਨਿਬੜਦਾ ਜਾਂਦਾ ਕੰਮ ਉੱਧਰ ਵੀ। ਹੈਂ
ਇਹਦਾ ਪੈਂਦੀ ਹੁੰਦੀ ਆ, ਫਿਰ ਡੂੰਘਾ ਚੱਲਦਾ ਨਾ ਇੱਕ ਉਹ। ਚਲੋ ਬਾਈ, ਲਓ ਬਾਈ ਚੱਲਦਾ ਕੰਮ ਪੂਰੇ ਜ਼ੋਰਾਂ 'ਤੇ। ਇੱਧਰ ਕੰਮੂ ਵੀ ਆ ਗਿਆ, ਖਾਲ ਵੀ ਬਣ ਰਹੀ ਆ, ਮੂਆ ਦਾ ਮੁੰਡਾ ਵੀ, ਅਤੇ ਨੇਤਰ ਬਾਈ ਨੇ ਮਾਰਤਾ ਸੁਹਾਗਾ, ਅਤੇ ਹੁਣ ਇਹਦੇ ਵਿੱਚ ਬਾਈ ਸੁਹਾਗਾ ਵੱਜਣਾ ਆਪਣੇ ਵਾਲੇ 'ਚ। ਸਤਿ ਸ਼੍ਰੀ ਅਕਾਲ ਬੁਲਾ ਦੇਵੀ, ਕਿਆ ਕਰਨਾ ਆ? ਖੇਤ ਦਾ ਛੋਟਾ ਜਿਹਾ ਹੀ ਆ, ਕੋਈ ਨਹੀਂ ਚੱਲਣ ਦੇ ਵਿੱਚ ਕੈੜਾ ਜਿਹਾ ਹੋ ਜੂਗਾ। ਲੈ ਬਾਈ ਸਾਰੇ ਇੱਧਰ ਲਾ ਬਈ ਕਰਨ ਵੀਰ ਇੱਧਰ। ਹੈ ਕੰਮ ਪ੍ਰੋਜੈਕਟ ਔਖਾ ਹੀ ਆ, ਤਾਂ ਕਰ ਦੇਣਾ ਪੱਧਰਾ ਬਾਈ ਨੇ। ਪਛਾਣ ਲਿਆ ਭੈਣ ਭਾਈ? ਸਤਿ ਸ਼੍ਰੀ ਅਕਾਲ। ਹੋਰ ਇੱਧਰ ਲਾਉਣ ਆਇਆ ਕਹਿੰਦਾ ਮੇਰੀ ਪਨੀਰੀ ਬੀਜ ਲਿਓ। ਮੈਂ ਕਿਹਾ ਇਹ ਤਾਂ ਸਿੱਧੀ ਬਿਜਾਈ ਕਰਨੀ ਹੈ, ਅਸੀਂ ਵੀ ਫਿਰ ਸਿੱਧੀ ਉਹ ਕਰ ਦੇਣੀ ਹੈ, ਨਾਲੇ ਪਨੀਰੀ ਲੈ ਜਾਣੀ, ਨਾਲੇ ਭਈਏ ਲੈ ਜਾਣੇ, ਦਸ ਦਸ ਐਮਪੀ ਕੇ ਨਾਲੇ ਗੁਪਤ ਪੱਟ ਲੈ ਜਾਣੀ, ਹਾਂ ਦੋਏ ਚੀਜ਼ਾਂ ਸਣੇ ਭਈਏ, ਹੋਰ ਕਿਆ ਸਾਰਾ ਕੁਝ ਲੈ ਜਾਣਾ। ਲੈ ਬਈ ਪੰਮੋ ਵੀ ਟਿਕਦਾ ਨਹੀਂ, ਅਤੇ ਉਹ ਇੱਧਰ ਖਾਲ ਨੂੰ ਮਾਰਤੀ ਪਨੀਰੀ ਵਾਲੇ ਦੀ, ਉਹ ਮਿਹਨਤ ਹੀ ਭਾਪਾ ਜੀ ਨੇ। ਉਹ ਇੱਧਰ ਚਲੋ ਬਾਈ ਹੋ ਗਿਆ ਸਕਸੈਸਫੁਲ ਕੰਮ। ਚਲੋ ਹਾਂ ਮੰਮੂ ਰਫਲ ਦਿਖਾ ਆਪਣੀ, ਆ ਦੇ ਕਿੱਡੀ ਰਫਲ ਲਈ, ਇੱਕ 47 ਵਾਲਾ ਹੀ ਇਹ। ਲੈ ਬਾਈ ਚਲੋ